ਪਿੰਡ ਮੰਡੇਰ ਦਾ ਮੈਂ ਸਰਪੰਚ ਚੁਣਿਆ ਗਿਆ। ਪਿੰਡ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕਰਾਈ, ਮੈਨੂੰ ਸਰਪੰਚ ਪਿੰਡ ਦਾ ਬਣਾਇਆ ਗਿਆ। ਪਹਿਲਾਂ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਫੌਜੀ ਵੀਰਾਂ ਨੂੰ, ਲੱਖ ਲੱਖ ਵਧਾਈਆਂ ਦਿੰਦਾ ਬਾਰਡਰਾਂ 'ਤੇ ਬੈਠਿਆਂ ਨੂੰ ਵੀਰਾਂ ਨੂੰ, 26 ਜਨਵਰੀ ਦੀਆਂ ਵਧਾਈਆਂ ਦਿੰਦਾ ਜੀ ਮੈਂ। ਅਤੇ ਹੋਰ ਜੀ ਜਿਹੜੇ ਪਿੰਡਾਂ ਦੇ ਮਸਲੇ ਨੇ, ਕੰਮ ਧੰਦੇ, ਉਹ ਵੱਧ ਤੋਂ ਵੱਧ ਪਾਰਟੀ ਤੋਂ ਉੱਪਰ ਉੱਠ ਕੇ ਪਿੰਡ ਦੇ ਕੰਮ ਵੱਧ ਤੋਂ ਵੱਧ ਕਰਾਂਗੇ। ਜਿਵੇਂ ਪਿੰਡ ਨੇ ਐਡਾ ਸਹਿਯੋਗ ਦਿੱਤਾ ਹੈ, ਪਿਆਰ ਦਿੱਤਾ, ਬੜੀ ਵੱਡੀ ਜਿੱਤ ਪ੍ਰਾਪਤ ਕਰੀ ਹੈ। ਭੈਣ ਭਰਾਵਾਂ ਦਾ ਮੈਂ ਸਭ ਦਾ ਤਹਿ ਦਿਲ ਨੂੰ ਧੰਨਵਾਦ ਕਰਦਾ। ਪਿੰਡ 'ਚ ਕੋਈ ਪਾਰਟੀਬਾਜ਼ੀ ਨਹੀਂ ਹੋਣ ਦੇਵਾਂਗੇ, ਸਾਰੀ ਨਗਰ ਪੰਚਾਇਤ ਜੁੜ ਕੇ ਵੱਧ ਤੋਂ ਵੱਧ ਕੰਮ ਕਰਾਂਗੇ ਜੀ। ਅਸੀਂ 26 ਜਨਵਰੀ ਦੀ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਅਤੇ ਬਾਰਡਰਾਂ 'ਤੇ ਬੈਠੇ ਫੌਜੀ ਵੀਰਾਂ ਨੂੰ ਵੀ ਲੱਖ ਲੱਖ ਵਧਾਈਆਂ 26 ਜਨਵਰੀ ਦੀਆਂ। ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਅਸੀਂ ਹੁਣ ਸਰਪੰਚ ਬਣਿਆ, ਮੇਰੇ ਮਿਸੇ ਸਰਪੰਚ ਬਣੇ ਨੇ ਕੁਲਦੀਪ ਕੌਰ, ਅਤੇ ਅਸੀਂ ਪਿੰਡ ਵਾਸੀਆਂ ਅਤੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਸਰਕਾਰ ਤੋਂ ਵੱਧ ਗ੍ਰਾਂਟ ਲੈ ਕੇ ਜੀ ਅੱਗੇ ਵੀ ਜਿਹੜੇ ਹੋਰ ਕੰਮ ਨੇ ਉਹ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਸਮੂਹ ਦੇਸ਼ ਵਾਸੀਆਂ ਨੂੰ 26 ਜਨਵਰੀ ਦੀ ਬਹੁਤ ਬਹੁਤ ਵਧਾਈ ਦਿੰਦਾ। ਜੋ ਸਾਡੇ ਦੇਸ਼ ਦੇ ਰਖਵਾਲੇ ਬਰਫਾਂ ਵਿੱਚ ਬੈਠੇ ਨੇ, ਫੌਜੀ ਸਾਹਿਬਾਨ ਸਾਡੇ ਦੇਸ਼ ਦੀ ਰੱਖਿਆ ਕਰਦੇ ਨੇ, ਉਹਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ। ਔਰ ਸਾਡੀ DSR ਪੋਲੀ ਪ੍ਰੋਜੈਕਟ ਸਮੂਹ ਟੀਮ ਨੂੰ ਵੀ ਮੈਂ ਬਹੁਤ ਬਹੁਤ ਵਧਾਈ ਦਿੰਦਾ। ਔਰ ਮੈਂ ਮੇਰੀ ਸਰਪੰਚੀ ਦੇ ਵਿੱਚ ਜੋ ਵਿਕਾਸ ਦਾ ਕੰਮ ਕੀਤਾ, ਅੱਜ ਵੀ ਜੋ ਨਵੇਂ ਬਣੀ ਪੰਚਾਇਤ ਅਸੀਂ ਸਾਡੇ ਸਹਿਯੋਗ ਨਾਲ ਬਣਾਈ ਗਈ ਹੈ, 9 ਮੈਂਬਰ ਸਰਬਸੰਮਤੀ ਨਾਲ ਬਣਾਏ ਨੇ ਔਰ ਸਰਪੰਚ ਸਾਡੀ ਅਸੀਂ ਗੁਰਮੇਲ ਕੌਰ ਜਿੱਤੇ ਆਈ ਹੈ। ਮੇਰੀ ਸਰਕਾਰ ਵੱਲੋਂ ਅਸੀਂ ਵੱਧ ਤੋਂ ਵੱਧ ਗ੍ਰਾਂਟਾਂ ਦਵਾ ਕੇ ਵੱਧ ਤੋਂ ਵੱਧ ਅਸੀਂ ਪਿੰਡ ਦਾ ਵਿਕਾਸ ਕਰਾਵਾਂਗੇ।